ਸਾਸ਼ੀਕਲ ਮੈਂ ਸ਼ਰਨ ਡੈਲਵਿੰਗ ਵੀਜ਼ਾਸ ਐਂਡ ਇਮੀਗ੍ਰੇਸ਼ਨ ਤੋਂ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਫੈਮਿਲੀ ਵੀਜ਼ਾ ਬਾਰੇ। ਫੈਮਿਲੀ ਵੀਜ਼ਾ ਕੀ ਹੁੰਦਾ ਹੈ? ਬਹੁਤ ਸਾਰੇ ਲੋਕਾਂ ਨੂੰ ਇੱਕ ਮਿਸਕਨਸੈਪਸ਼ਨ ਹੈ, ਜੇਕਰ ਉਹਨਾਂ ਨੇ ਬਾਹਰ ਟੂਰਿਸਟ ਵੀਜ਼ਾ ਕੈਟੇਗਰੀ ਤੇ ਜਾਣਾ ਹੈ, ਉਹ ਸਿਰਫ ਔਰ ਸਿਰਫ ਇਕੱਲੇ ਅਪਲਾਈ ਕਰ ਸਕਦੇ ਨੇ ਜਾਂ ਫਿਰ ਆਪਣੇ ਸਪਾਊਸ ਨਾਲ ਅਪਲਾਈ ਕਰ ਸਕਦੇ ਨੇ। ਉਹਨਾਂ ਲੋਕਾਂ ਲਈ ਮੈਂ ਇੱਕ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੀ, ਜੇਕਰ ਤੁਹਾਡੀ ਫੈਮਿਲੀ ਹੈ ਮੇਨ ਐਪਲੀਕੈਂਟ, ਸਪਾਊਸ ਅਤੇ ਤੁਹਾਡੇ ਬੱਚੇ, ਸਾਰੀ ਦੀ ਸਾਰੀ ਫੈਮਿਲੀ ਜੋ ਹੈ ਉਹ ਈਜ਼ੀਲੀ ਟੂਰਿਸਟ ਵੀਜ਼ਾ ਕੈਟੇਗਰੀ 'ਚ ਬਾਹਰ ਜਾ ਸਕਦੀ ਹੈ। ਮੈਂ ਆਪਣੀ ਪ੍ਰੀਵੀਅਸ ਵੀਡੀਓ 'ਚ ਕਾਫੀ ਵਾਰੀ ਡਾਕੂਮੈਂਟਸ ਦਾ ਜ਼ਿਕਰ ਕਰ ਚੁੱਕੀ ਹਾਂ ਰਿਲੇਟਿਡ ਟੂ ਟੂਰਿਸਟ ਵੀਜ਼ਾ। ਅੱਜ ਮੈਂ ਡਾਕੂਮੈਂਟਸ ਬਾਰੇ ਡਿਸਕਸ ਕਰਨਾ ਚਾਹਾਂਗੀ, ਲੇਕਿਨ ਸਿਰਫ ਔਰ ਸਿਰਫ ਜੇਕਰ ਤੁਹਾਡੇ ਬੱਚੇ ਤੁਹਾਡੇ ਨਾਲ ਜਾ ਰਹੇ ਨੇ ਤਾਂ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੈ? ਤੁਹਾਡੇ ਬੱਚਿਆਂ ਦਾ ਬਰਥ ਸਰਟੀਫਿਕੇਟ, ਹਸਬੈਂਡ ਵਾਈਫ ਦਾ ਮੈਰਿਜ ਸਰਟੀਫਿਕੇਟ, ਨਾਲ ਦੇ ਨਾਲ ਜੇਕਰ ਬੱਚੇ ਸਕੂਲ ਗੋਇੰਗ ਨੇ ਤਾਂ ਉਹਨਾਂ ਦੇ ਸਕੂਲ ਤੋਂ ਇੱਕ NOC, ਉਹਨਾਂ ਦਾ ਆਈ ਕਾਰਡ ਜਾਂ ਫਿਰ ਉਹਨਾਂ ਦੀ ਫੀਸ ਰਿਸਿਟ। ਸਿਰਫ ਔਰ ਸਿਰਫ ਐਕਸਟਰਾ 5 ਡਾਕੂਮੈਂਟਸ ਜਿਹੜੇ ਤੁਹਾਡੀ ਫਾਈਲ 'ਚ ਲੱਗਣੇ ਨੇ, ਜੋ ਕਿ ਤੁਹਾਡੀ ਫਾਈਲ ਬਹੁਤ ਸਟਰੋਂਗ ਬਣਾ ਸਕਦਾ ਹੈ ਔਰ ਤੁਹਾਨੂੰ ਇੱਕ ਮੌਕਾ ਦਿੰਦਾ ਹੈ ਆਪਣੇ ਬੱਚਿਆਂ ਦੇ ਨਾਲ ਬਾਹਰ ਜਾ ਕੇ ਘੁੰਮਣ ਦਾ। ਇੱਕ ਹੋਰ ਇਨਫੋਰਮੇਸ਼ਨ, ਜੇਕਰ ਤੁਸੀਂ ਇੰਟਰਸਟਿਡ ਹੋ ਆਪਣੇ ਬੱਚਿਆਂ ਦੇ ਨਾਲ ਬਾਹਰ ਜਾਣ ਲਈ, ਉਹਨਾਂ ਨਾਲ ਟਾਈਮ ਸਪੈਂਡ ਕਰਨ ਲਈ, ਤਾਂ ਇੱਕ ਅੱਗੇ ਬਹੁਤ ਹੀ ਅੱਛਾ ਮੌਕਾ ਆ ਰਿਹਾ ਹੈ, ਦੈਟ ਇਜ਼ ਸਮਰ ਵੀਕੇਸ਼ਨ। ਤੁਸੀਂ ਸਮਰ ਵੀਕੇਸ਼ਨ ਦੇ ਟਾਈਮ ਨੂੰ ਯੂਜ਼ ਕਰ ਸਕਦੇ ਹੋ, ਇਹਨੂੰ ਇੱਕ ਪਾਥਵੇ ਬਣਾ ਸਕਦੇ ਹੋ, ਕਿਉਂਕਿ ਮੇਨ ਮੋਟਿਵ ਹੈ ਕਲਾਇੰਟ ਦਾ ਬਾਹਰ ਜਾਣਾ, ਬਟ ਉਹਨੂੰ ਇੱਕ ਪਾਥਵੇ ਚਾਹੀਦਾ ਹੁੰਦਾ ਹੈ ਜੋ ਕਿ ਬਹੁਤ ਹੀ ਨੇੜੇ ਤੁਹਾਡੇ ਖੜਾ ਹੈ, ਦੈਟ ਇਜ਼ ਸਮਰ ਵੀਕੇਸ਼ਨ। ਸਮਰ ਵੀਕੇਸ਼ਨ ਦੇ ਰਾਹੀਂ, ਸਮਰ ਵੀਕੇਸ਼ਨ ਨੂੰ ਇੱਕ CD ਬਣਾ ਕੇ ਤੁਸੀਂ ਕੀ ਕਰ ਸਕਦੇ ਹੋ, ਬਾਹਰ ਈਜ਼ੀਲੀ ਅਪਲਾਈ ਕਰ ਸਕਦੇ ਹੋ। ਸਕੂਲ ਤੁਹਾਨੂੰ ਈਜ਼ੀਲੀ NOC ਗ੍ਰਾਂਟ ਕਰ ਦੇਗਾ ਐਂਡ ਵੀਜ਼ਾ ਆਫਿਸਰ ਤੁਹਾਨੂੰ ਈਜ਼ੀਲੀ ਵੀਜ਼ਾ ਗ੍ਰਾਂਟ ਕਰ ਦੇਗਾ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਬਾਹਰ ਚੱਲੇ ਹੋ ਐਂਡ ਬੱਚਿਆਂ ਨੂੰ ਤੁਸੀਂ ਛੁੱਟੀਆਂ 'ਚ ਘੁੰਮਾਉਣ ਚੱਲੇ ਹੋ। ਰੈਸਟ ਜੇਕਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਫੈਮਿਲੀ ਦੇ ਨਾਲ ਤੁਸੀਂ ਬਾਹਰ ਘੁੰਮਣ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਆਫਿਸ ਆ ਕੇ ਸਾਨੂੰ ਮਿਲ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਇਨਬੋਕਸ 'ਤੇ ਮੈਸੇਜਸ ਕਰਕੇ ਆਪਣੀ ਕੁਆਇਰੀਜ਼ ਪੁੱਛ ਸਕਦੇ ਹੋ ਜਾਂ ਤੁਸੀਂ ਸਕਰੀਨ 'ਤੇ ਦਿੱਤੇ ਹੋਏ ਨੰਬਰਸ 'ਤੇ ਕਾਲ ਕਰ ਸਕਦੇ ਹੋ। ਥੈਂਕ ਯੂ ਸੋ ਮੱਚ।